ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਮ ਰਾਮ ਨਮਸਤੇ। ਹੋ ਭਾਵੇਂ ਤੁਸੀਂ ਕਾਲੇ ਤੇਲ ਆਏ ਅਤੇ ਤਾਈ ਆਏ ਠੀਕ ਠਾਕ ਹੋਣਗੇ। ਜਿਹੜਾ ਬਾਬੇ ਅੱਜ ਦਾ ਸ਼ੌਂਕ ਹੈ ਸਾਡੀ ਬਾਡੀ, ਇਹਦਾ ਮਤਲਬ ਕਿ ਬਾਈ ਸੋਲਿਡ ਬਾਡੀ ਹੁੰਦੀ ਹੈ, ਸਟਰੋਂਗ ਬਾਡੀ, ਆਈ ਥਿੰਕ ਇੱਦਾਂ ਹੀ ਹੁੰਦਾ। ਅਤੇ ਬਾਬੇ ਇਹ ਵੀਰ ਸ਼ਾਹੂ ਦਾ ਸੌਂਗ ਹੈ, ਅਤੇ ਬਾਈਆਂ ਨੇ ਇੰਸਟਾਗ੍ਰਾਮ 'ਤੇ ਰਿਕਮੈਂਡ ਕੀਤਾ ਸੀ ਇਸ ਸੌਂਗ ਬਾਈ ਨੂੰ 3-4 ਦਿਨ ਹੋ ਕਹਿੰਦੇ ਨੂੰ। ਤਾਂ ਆਪਾਂ ਬਾਬੇ ਹੁਣ ਇਸ ਸੌਂਗ 'ਤੇ ਰਿਐਕਸ਼ਨ ਕਰ ਰਹੇ ਹਾਂ। ਅਤੇ ਬਾਬੀ ਜੇ ਤੁਸੀਂ ਕੋਈ ਗਾਣਾ ਰਿਕਮੈਂਡ ਕਰਨਾ, ਕੋਈ ਚਾਹੁੰਦੇ ਹੋ ਸੌਂਗ 'ਤੇ ਰਿਐਕਸ਼ਨ ਕਰੇ, ਤੇ ਇੰਸਟਾਗ੍ਰਾਮ ਜਾ ਕਰ ਲਿਓ ਫੋਲੋ ਤੇ ਕਰ ਦਿਓ ਕਮੈਂਟ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਲਓ ਜੀ ਬਾਬੇ ਕਰਦੇ ਵੀਡੀਓ ਸਟਾਰਟ ਦੇ ਲਈ, ਕਿੱਦਾਂ ਹੁੰਦਾ ਸੌਂਗ। जाट की बात और जाट के ठाठ तो सबने देखे, एक तू जाट का बदला देख, जाट का बदला वो भी हरियाणवी स्टाइल में। हरियाणवी स्टाइल काश तू मन्ना उसे दिन मार देता, तेरे ते जिंदा छोड़ तने तेरी मौत लिख ली, 4 दिन है तेरे पास, 4 दिन खा ले पी ले मौज ले। भाई जी आवाज में दम है, ईब काम में थोड़ा ध्यान तो रहिए क्योंकि वीर आ गया। ठाडी बाडी काली गाडी आंखें हाडी यारा की चोरायण बादी करे खराबी डगी पुल हथियारा की गुड बदल जा यारा का बन जा सुर्खी अखबारा की चोरायण बादी करे खराबी डगी पुल हथियारा की ठाडी बाडी काली गाडी आंखें हाडी यारा की चोरायण बादी करे खराबी डगी पुल हथियारा की। क्या बात है बाबे, गाना बाई का घेंट है। बाई नू कहंदा भी तू भी बहुत हो गया तेरे नाल लाड़ प्यार, भी तेरे को 4 दिन है, भी पिंड भी देख के रही, भी तेरा भी इंजन कर देंगे। ठीक है, तो कहना ठाडी बाडी गाडी काली, एक ना कुछ बाई ने गल कही है भी थोड़ी बॉडी बुडी में तगड़ी है, भी गाडी है, तो वो जो असला फुल डिगिया फुल पीया उन्होंने भी बच के रही, भी तेरा तेरा इंजन नहीं तेरा पक्खी पाड़ देंगे, वो गलबात है। ਤੇ ਵੀਰ ਸ਼ੋਗ ਦਾ ਬਾਬੇ ਸੌਂਗ ਘੈਂਟ ਹੈ ਵੀ, ਇਹ ਮਤਲਬ ਤਾਂ ਥੋੜ੍ਹਾ ਪੁਰਾਣਾ ਸੌਂਗ ਹੈ, ਬਟ ਗੱਲਬਾਤ ਹੈ ਸੌਂਗ ਦੀ ਵੀ, ਘੈਂਟ ਕਨਸੈਪਟ ਹੈ ਸੌਂਗ ਦਾ। ਤੇ ਵੀਡੀਓ ਵਾਲਾ ਵੀ ਬਾਈ ਘੈਂਟ ਹੈ ਯਾਰ, ਵੀ ਐਕਟਿੰਗ ਘੈਂਟ ਹੈ। क्या बात है बाबे, हरियाणे की मैंने एक चीज सब तो ज्यादा घैन लगती है कि अपनी सभ्यता, कहना भी जिमीदार बाबे, वो भी जिमीदार है जी, भी गलबात भी हुई जिमीदार बंदे होंगे है। तो जेडा बई भाई यार ये गाने के गलबात है ना बई, भी घेंट है भी गड भी, भी बॉडी साड़ी तगड़ी है, भी गड्डी काली है, तो असला कहड़ा है फुल लोडड पिया डिग्गिया के गलबात बई की घेंट है यार। भी ਇਹਦੀ ਵੀਡੀਓ ਵਿੱਚ ਦਿਖਾਇਆ ਵੀ ਹਾਂ ਵੀ ਇਹਨੇ ਮਾਂ ਬਾਪ ਮਾਰਤੇ ਸੀਗੇ ਵੀਰ ਸ਼ਾਹੂ ਦੇ, ਤੇ ਉਹਦੇ ਬਾਅਦ ਫਿਰ ਮੁੰਡਾ ਦੇਖਦਾ ਹੁੰਦਾ, ਫਿਰ ਉਹ ਮੁੰਡਾ ਦਾ ਇਹਦਾ ਬਦਲਾ ਲੈਂਦਾ ਹੋਣਾ, ਤਾਂ ਹੀ ਉਹਨੇ ਇੱਦਾਂ ਕਿਹਾ ਹੋਣਾ ਉਹਨੂੰ ਵੀ ਬਹੁਤ ਹੋ ਗਿਆ ਬਾਬਿਓ ਸਟਾਰਟਿੰਗ ਦੇ ਵਿੱਚ। ਘੈਂਟ ਗਾਣਾ ਬਾਈ ਦਾ ਬੋਲੇ ਮੁਗਲ ਅੱਡੇ ਤੇ, ਇਹਨੇ ਮਤਲਬ ਕਿ ਦਿੱਲੀ ਦੇ ਵਿੱਚ ਝੰਡੇ ਗਾਡੇ ਤੇ ਮੁਗਲ ਬਾਬੇ ਆਹ ਜਿਹੜੀ ਲਾਈਨ ਹੈ ਉਹਨੇ ਤਾਂ ਮਤਲਬ ਜ਼ਰੂਰ ਦੱਸਿਓ।
ਤੇ ਬਾਈ ਨੇ ਪਿਛਲੇ ਪੈਰ ਦੇ ਵਿੱਚ ਕਿਹਾ ਤਾ ਵੀ ਹਾਂ ਵੀ ਗੱਡੀ ਰੇਂਜ ਓਵਰ ਰੱਖੀ ਵੀ ਕਿਹੜੀ ਵੀ ਲੈਂਸਟਰ ਨੂੰ ਕਿਹੜਾ ਪੁੱਛਦਾ ਆ ਵੀ ਬਾਈ ਲੈਣ ਘੈਂਟ ਸੀਗੀ ਬਟ ਆ ਜਿਹੜਾ ਦਿੱਲੀ ਵਾਲਾ ਮੈਟਰ ਆ ਮੈਂ ਉਹਨੂੰ ਜ਼ਰੂਰ ਦੱਸਿਓ ਬਾਬੇ ਠੀਕ ਆ ਬਾਈ ਦਾ ਗਾਣਾ ਘੈਂਟ ਹੈ ਵੀ ਦੇਖੋ ਜੀ ਬਾਈ ਵੀ ਮੰਤਰੀ ਮੁੰਤਰੀ ਬਈ ਐਂ ਥੋਕਦੇ ਨੇ ਵੀ ਯਾਰ ਦੇਖੋ ਬਾਬੀ ਮੰਤਰੀ ਇੱਕ ਗੱਲ ਦੇਖੀ ਹੈ ਹੁਣ ਹਰਿਆਣੇ ਦੇ ਵਿੱਚ ਇੱਕ ਜਿਹੜਾ ਆਪਣਾ ਜਾਂ ਸਪੋਰਟਸ ਜਿੰਨੇ ਵੀ ਰੈਸਲਰ ਆ ਉਹਨਾਂ ਦਾ ਜੰਤਰ ਮੰਤਰ ਧਾਰਨਾ ਲੱਗਿਆ ਹੋਇਆ ਬਾਈ ਤੇ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਬਾਈ ਪ੍ਰੋਟੈਸਟ ਦੇ ਵਿੱਚ ਵੀ ਸਭ ਨੂੰ ਜਾਣਾ ਚਾਹੀਦਾ ਵੀ ਮੰਤਰੀ ਪਾਪੇ ਵੀ ਸਭ ਆਪਣਾ ਮਤਲਬ ਕੱਢਦੇ ਉਹਦੇ ਬਾਅਦ ਤਾਂ ਬਾਬੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੇ ਬਾਈ ਯਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਯਾਰ ਉਹਨਾਂ ਵਾਸਤੇ ਵੀ ਯਾਰ ਉਹਦੇ 'ਚ ਵੀਡੀਓ ਬਣਾਉਂਗਾ ਮੈਂ ਯਾਰ ਆਪਣੇ ਜਿਹੜੇ ਰੈਸਲਰ ਹੈ ਦਿੱਲੀ ਜੰਤਰ ਮੰਤਰ 'ਤੇ ਬੈਠੇ ਅਗਲੀ ਵੀਡੀਓ ਉਹਨਾਂ ਦੀ ਹੀ ਹੈ ਬਾਬਿਓ ਦਹਿਸ਼ਤ ਕੇ ਤਿਤਰਾਂ ਕੀ ਡਾਰ ਕੀ ਉਮ ਆਖ ਨੂੰ ਯਾਰਾਂ ਕੀ ਜਾਣੂ ਰੇਂਜਰ ਡਾਰ ਕੀ ਸੰਗਲੀ ਬਾਜ ਨੇ ਦਹਿਸ਼ਤ ਕੇ ਤਿਤਰਾਂ ਕੀ ਡਾਰ ਕੀ ਉਮ ਆਖ ਨੂੰ ਯਾਰਾਂ ਕੀ ਜਾਣੂ ਰੇਂਜਰ ਡਾਰ ਕੀ ਸ਼ੇਰਣੀ ਕਾ ਜਾਇਆ ਕੁਕਰ ਛੋਟਾ ਲੱਤ ਸਿਕਾਰਾਂ ਕੀ ਹੋਰਾਂ ਯਲ ਬਾਦੀ ਕਰੇ ਖਰਾਬੀ ਡੱਗੀ ਬੁਲੰਦ ਯਾਰਾਂ ਕੀ ਸਾਡੀ ਬਾਡੀ ਕਾਲੀ ਬਾਬਿਓ ਗਾਣਾ ਤਾਂ ਬਾਈ ਦਾ ਘੈਂਟ ਹੈ ਪਰ ਲਾਸਟ ਵਿੱਚ ਇੱਕ ਚੀਜ਼ ਸਮਝ ਨਹੀਂ ਜਦੋਂ ਦੋ ਗੋਲੀਆਂ ਵੱਜੀਆਂ ਬਾਬਿਓ ਮਤਲਬ ਵੀ ਨਾ ਕੋਈ ਬਲੱਡ ਵਾਲਾ ਮੈਂ ਦਿਖਿਆ ਵੀ ਹਾਂ ਵੀ ਉਹਦੇ ਬਲੱਡ ਆਇਆ ਗੋਲੀ ਵੱਜੀ ਬਸ ਬਸ ਜਿਹੜਾ ਜਸਟ ਹਿੱਲਿਆ ਤੇ ਗਾਣਾ ਬਾਈ ਦਾ ਘੈਂਟ ਆ ਨਾ ਵੀ ਡਾਡੀ ਬਾਡੀ ਠਾਡੀ ਬਾਡੀ ਮਤਲਬ ਤਗੜੀ ਬਾਡੀ ਗਾਣਾ ਬਾਈ ਦਾ ਘੈਂਟ ਆ ਬਟ ਬਾਬਿਓ ਇੱਕ ਚੀਜ਼ ਜਿਹੜੀ ਮੈਨੂੰ ਪਸੰਦ ਨਹੀਂ ਆਈ ਵੀ ਜਿਹੜੀ ਬਾਈ ਦੀ ਜਿਹੜੀ ਗੋਲੀਆਂ ਵੱਜੀਆਂ ਉਹ ਨੇ ਐਕਟਿੰਗ ਮਤਲਬ ਕਿ ਐਕਟਿੰਗ ਕਹਿ ਸਕਦੇ ਯਾਰ ਵੀ ਇੱਕ ਤਰ੍ਹਾਂ ਦਾ ਫੇਕ ਚੀਜ਼ ਲੱਗੀ ਆਪਾਂ ਨੂੰ ਬਾਕੀ ਗਾਣਾ ਬਾਈ ਦਾ ਘੈਂਟ ਹੈ ਬਾਕੀ ਐਕਟਿੰਗ ਘੈਂਟ ਹੈ ਤੇ ਬਾਕੀ ਬਾਬੇ ਉਹ ਵੀਰ ਸ਼ੌਂਕ ਦੇ ਜਿੰਨੇ ਵੀ ਸੌਂਗ ਹੁੰਦੇ ਵਧੀਆ ਹੁੰਦੇ ਘੈਂਟ ਹੁੰਦੇ ਬਾਈ ਦੀ ਐਕਟਿੰਗ ਘੈਂਟ ਹੈ ਬਾਈ ਸਪਨਾ ਚੌਧਰੀ ਦਾ ਘਰ ਵਾਲਾ ਏ ਠੀਕ ਹੈ ਤੇ ਠੀਕ ਹੈ ਵਧੀਆ ਗੱਲ ਵਧੀਆ ਕੰਮ ਕਰ ਰਿਹਾ ਬਾਈ ਤੇ ਬਾਕੀ ਤੁਹਾਨੂੰ ਸੌਂਗ ਬਾਬੇ ਕਿਵੇਂ ਲੱਗਿਆ ਕਮੈਂਟ ਮਾਰ ਕੇ ਜ਼ਰੂਰ ਦੱਸ ਦਿਓ ਤੇ ਇੰਸਟਾਗ੍ਰਾਮ ਦੇ ਬਾਬੇ ਜ਼ਰੂਰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰੇ ਦੋਸਤ ਦੇ ਮਿੱਤਰਾਂ ਨੂੰ ਤੇ ਤਾਈ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਨਮਸਤੇ ਬਾਬੇ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ